ਅਕਾਲ ਜੀ ਕੀ ਨਾਮ ਕੀ ਆਪਣਾ ਵੀਰੇ ਭਾਈ ਮੇਰਾ ਨਾਮ ਬਲਜੀਤ ਸਿੰਘ ਪਿੰਡ ਨੰਗਲ ਕਨਗੋ ਹੁਸ਼ਿਆਰਪੁਰ ਡਿਸਟ੍ਰਿਕਟ 'ਚ ਹਰਿਆਣਾ ਭੁੰਗਾ ਦੇ ਕੋਲ ਪੈਂਦਾ ਠੀਕ ਹੈ ਜੀ ਹਾਂਜੀ ਅਤੇ ਆਪਾਂ ਕਿਹੜੀ ਪੀੜ ਲੈ ਕੇ ਆਏ ਵੀਰੇ ਇਹ ਭਾਅ ਜੀ ਰੋਟਵੇਲਰ ਠੀਕ ਹੈ ਜੀ ਕੀ ਨੇਮ ਕੀ ਆਪਣੇ ਡੋਗ ਦਾ ਭਾਅ ਜੀ ਇਹਦਾ ਨਾਮ ਟਾਈਸਨ ਆ 4.5 ਸਾਲ ਦਾ ਕੁੱਤਾ ਅਤੇ ਛੋਟੇ ਹੁੰਦੇ ਤੋਂ ਅਸੀਂ ਵੀ ਪਾਲਿਆ ਇਹਨੂੰ ਛੋਟੇ ਹੁੰਦੇ ਤੋਂ ਪੂਰਾ ਫੈਮਿਲੀ ਡੋਗ ਆ ਠੀਕ ਕੀ ਏਜ ਕੀ ਹੈ ਵੀਰੇ ਇਸਦੀ ਇਹਦੀ ਭਾਅ ਜੀ ਇਹਨੇ ਆ ਫਰਵਰੀ ਚੱਲਦਾ ਪਿਆ ਹੁਣ ਅੱਜ ਫਰਵਰੀ 7 ਆ ਫਰਵਰੀ ਐਂਡ 'ਚ 4-5 ਸਾਲ ਦਾ ਹੋ ਜਾਣਾ ਠੀਕ ਹੈ ਜੀ ਹਾਂਜੀ ਅਤੇ ਕੀ ਹਾਈਟ ਵਗੈਰਾ ਕਿਵੇਂ ਹੈ ਜੀ ਭਾਅ ਜੀ ਮਈਰਮੈਂਟ ਮੈਂ ਨਹੀਂ ਕੀਤੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਮੈਂ ਕੋਈ ਪ੍ਰੋਫੈਸ਼ਨਲ ਡੋਗ ਟ੍ਰੇਨਰ ਨਹੀਂ ਹੈਗਾ ਜਾਂ ਕੋਈ ਕੈਨਲ ਨਹੀਂ ਹੈਗਾ ਇਹ ਜਸਟ ਫੈਮਿਲੀ ਦੇ ਵਿੱਚ ਡੋਗ ਰੱਖਿਆ ਸੀਗਾ ਸ਼ੌਂਕੀਆ ਤੋਂ ਠੀਕ ਠੀਕ ਅਤੇ ਡੋਗ ਤੁਹਾਡਾ ਬਹੁਤ ਹੈਵੀ ਹੈ ਅਤੇ ਇਹਦੀ ਡਾਇਟ ਪਲਾਨ ਕੀ ਰਹਿੰਦਾ ਡਾਇਟ ਪਲਾਨ ਭਾਅ ਜੀ ਇਹਦਾ ਸੀਗਾ ਪਹਿਲਾਂ ਤਾਂ ਮੈਂ ਫੀਡ ਵੀ ਪਾਉਂਦਾ ਹੁੰਦਾ ਸੀ ਵਿੱਚ ਫੀਡ ਵੀ ਪਾਈ ਦੀ ਆ ਅਤੇ ਜਿੱਦਾਂ ਪਿੰਡਾਂ ਦਾ ਜੋ ਖਾਣਾ ਅਸੀਂ ਘਰੇ ਖਾਂਦੇ ਹਾਂ ਰੋਟੀ 8 ਰੋਟੀਆਂ ਇੱਕ ਟਾਈਮ ਦੀਆਂ ਅਤੇ 20 ਰੋਟੀਆਂ ਸਾਰੀ ਦਿਹਾੜੀ ਦੀਆਂ 8 ਸਵੇਰੇ 8 ਰਾਤ ਨੂੰ ਅਤੇ 4 ਦੁਪਹਿਰ ਨੂੰ ਨਾਲ ਹਿਸਾਬ ਲਾ ਲਓ ਵੀ 1 ਕਿਲੋ ਕੁ ਸਬਜ਼ੀ ਹੋ ਜਾਂਦੀ ਆ ਜਿਹਦੇ ਵਿੱਚ ਲੂਣ ਮਸਾਲਾ ਨਹੀਂ ਹੁੰਦਾ ਬੰਦਿਆਂ ਦੇ ਖਾਣ ਵਾਲਾ ਖਾਣਾ ਨਹੀਂ ਹੁੰਦਾ ਬਈ ਉੱਦਾਂ ਸਬਜ਼ੀ ਦੇ ਨਾਲ ਸਬਜ਼ੀ ਦੇ ਅਤੇ 1/2 ਕਿਲੋ ਦਹੀਂ ਸਵੇਰੇ ਡੇਲੀ ਅਵੇਲੇਬਿਲਟੀ ਦੇ ਹਿਸਾਬ ਨਾਲ ਇਹ ਜਿਵੇਂ ਕਿਹਾ ਇਸ ਬਰੀਡ ਨੂੰ ਨੋਨ ਵੈਜ ਵੀ ਪਾ ਸਕਦੇ ਕਿ ਜਾਂ ਇਕੱਲਾ ਵੈਜ ਜਾਂ ਕਿਵੇਂ ਨਹੀਂ ਭਾਜੀ ਵੈਜ ਹੀ ਪਾ ਗਏ ਪਾ ਦੋ ਨਹੀਂ ਸਕਦੇ ਆ ਬਾਕੀ ਲੋਕਾਂ ਦੇ ਵਹਿਮ ਆ ਉਹ ਤਰ੍ਹਾਂ ਤਰ੍ਹਾਂ ਦੇ ਆ ਕਈ ਕਹਿੰਦੇ ਆ ਜੀ ਰੋਟਵੇਲਰ ਆਇਆ ਜੀ ਵਿਦਆਊਟ ਨੋਨ ਵੈਜ ਸਰਵਾਈਵ ਹੀ ਨਹੀਂ ਕਰ ਸਕਦੇ ਜਾਂ ਇਹਨਾਂ ਦੀ ਗਰੋਥ ਹੀ ਨਹੀਂ ਹੁੰਦੀ ਆ ਦੇਖ ਲਓ ਤੁਹਾਡੇ ਸਾਹਮਣੇ ਆ ਪਿਓਰ ਵੈਜ ਪਾਲਿਆ ਹੋਇਆ ਆ ਅਤੇ ਜਾਂ ਫਿਰ ਜਸਟ ਫੀਡ 'ਤੇ ਪਾਲਿਆ ਹੋਇਆ ਇਹਨੂੰ ਅੱਜ ਤੱਕ ਕਦੀ ਮਤਲਬ ਚਿਕਨ ਜਾਂ ਮੀਟ ਜਾਂ ਹੱਡੀ ਕੁਛ ਨਹੀਂ ਠੀਕ ਭਾਈ ਬੋਨ ਨਹੀਂ ਭਾਈ ਠੀਕ ਅਤੇ ਹੁਣ ਤਾਂ ਫਿਰ ਵੀ ਇਹਦਾ ਭਾਰ ਅਸੀਂ ਘਟਾਇਆ ਹੋਇਆ ਆ ਪ੍ਰੈਕਟਿਸ ਕਰਕੇ ਇਹਨੂੰ ਮੈਂ ਦੌੜਾਉਂਦਾ ਹੁੰਦਾ ਰੋਜ਼ ਸਵੇਰੇ 5-7 ਕਿਲੋਮੀਟਰ ਅਤੇ ਨਹੀਂ ਤਾਂ ਪਹਿਲਾਂ ਤਾਂ ਇਹਦਾ ਵੇਟ ਬਹੁਤ ਵਿੱਚ ਹੈਵੀ ਹੋ ਗਿਆ ਠੀਕ ਹੈ ਜੀ ਅਤੇ ਆਪਾਂ ਕੀ ਮਿਲੇ ਡਾਇਟ ਕੀ ਰੱਖੀ ਮਤਲਬ ਆਪਾਂ ਜਿਵੇਂ ਡਾਇਟ ਭਾਜੀ ਸਵੇਰੇ ਦੇਖੋ ਜੀ 1/2 ਕਿਲੋ ਦਹੀਂ ਭਾਜੀ ਦਾ ਠੀਕ ਹੈ ਜੀ ਦਹੀਂ ਡੇਲੀ ਪਾਉਣਾ ਹੀ ਪਾਉਣਾ ਸਵੇਰੇ ਠੀਕ ਹੈ ਜੀ ਅਤੇ 8 ਰੋਟੀਆਂ ਠੀਕ ਉਹਦੇ ਬਾਅਦ ਨਾਲ ਸਬਜ਼ੀ ਠੀਕ ਅੱਧੀ ਕੌਲੀ ਮਤਲਬ ਵੱਡੀ ਬਾਟੀ ਜਿਹੜੀ ਹੁੰਦੀ ਆ ਉਹ ਹਾਂਜੀ ਅਤੇ ਦੁਪਹਿਰ ਨੂੰ 4 ਰੋਟੀਆਂ ਅਤੇ ਰਾਤ ਨੂੰ 8 ਰੋਟੀਆਂ ਨਾਲ ਸਬਜ਼ੀ ਠੀਕ ਹੈ ਇਹ ਜਿਵੇਂ ਇਹਦੀ ਐਕਸਰਸਾਈਜ਼ ਵਗੈਰਾ ਜਿਵੇਂ ਮਤਲਬ ਕਹਿੰਦੇ ਵੀ ਇਹਦੀ ਐਕਸਰਸਾਈਜ਼ ਬਹੁਤ ਹੁੰਦੀ ਹੈ ਤੁਸੀਂ ਐਕਸਰਸਾਈਜ਼ ਕਿਵੇਂ ਕਰਾਉਂਦੇ ਮਤਲਬ ਐਕਸਰਸਾਈਜ਼ ਭਾਜੀ ਇਦਾਂ ਹਾਰਡ ਕੇ ਜਾਂ ਮਤਲਬ ਹੁਣ ਇਹਨੂੰ ਜਸਟ ਇੱਥੇ ਆਕਸ਼ਨ ਕਰਕੇ ਸੰਗਲੀ ਪਾ ਕੇ ਲਿਆਂਦੀ ਆ ਵੈਸੇ ਇਹਦਾ ਪਟਾ ਰੱਸੀ ਆ ਐਕਸਰਸਾਈਜ਼ ਇਹਦੀ ਇਦਾਂ ਆ ਵੀ ਇਹਦੇ ਮੂੰਹ 'ਚ ਮੈਂ ਰੱਸੀ ਦੇ ਕੇ ਨਾ ਹੱਥ 'ਚ ਫੜ ਕੇ ਸਾਈਕਲ 'ਤੇ ਬਹਿ ਜਾਣਾ ਆ 5-7 ਕਿਲੋਮੀਟਰ ਮੈਨੂੰ ਪੈਡਲ ਮਾਰਨ ਦੀ ਲੋੜ ਨਹੀਂ ਬਿਨਾਂ ਪੈਡਲ ਮਾਰੇ ਤਾਂ ਇਹ ਬਰੀਡ ਜਿਹੜੀ ਹੈ ਮਤਲਬ ਇਹ ਘਰ ਵਿੱਚ ਰੱਖ ਲਈ ਕਿਵੇਂ ਦੀ ਹੈ ਭਾਜੀ ਇਹ ਲੋਕਾਂ ਦਾ ਵਹਿਮ ਆ ਕਿ ਇਹ ਬਰੀਡ ਅਸੀਂ ਘਰ 'ਚ ਨਹੀਂ ਰੱਖ ਸਕਦੇ ਮੈਂ ਮਤਲਬ 30 ਦਿਨਾਂ ਦਾ ਕੁੱਤਾ ਸੀ ਜਦੋਂ ਲੈ ਕੇ ਆਇਆ ਸੀਗਾ ਅਤੇ ਮੇਰੀ ਸਿਸਟਰ ਦਾ ਬੇਬੀ ਆ ਉਹ 2-2.5 ਸਾਲ ਦਾ ਆ ਉਹ ਇਹਦੇ 'ਤੇ ਆ ਕੇ ਲੰਮਾ ਵੀ ਪੈ ਜਾਂਦਾ ਇਹ ਉਹਦੇ ਬੈੱਡ 'ਤੇ ਵੀ ਚੜ੍ਹ ਜਾਂਦਾ ਵਾਧੂ ਸਾਡੇ ਲੋਕਾਂ ਨੂੰ ਇਹੀ ਭੁਲੇਖਾ ਹੁੰਦਾ ਬਾਕੀ ਬਰੀਡ ਪਾਲਣ 'ਤੇ ਆ ਅਸੀਂ ਅੱਜ ਤੱਕ ਇਹਨੂੰ ਕਦੀ ਬੰਨ ਕੇ ਨਹੀਂ ਰੱਖਿਆ ਘਰ ਦੇ ਵਿੱਚ 24/7 ਇਹਨੇ ਖੁੱਲ੍ਹਾ ਰਹਿਣਾ ਅਤੇ ਜਦੋਂ ਕਿਸੇ ਨੇ ਆਉਣਾ ਆ ਰਿਸ਼ਤੇਦਾਰ ਨੇ ਜਿਹੜਾ ਇਹਨੂੰ ਨਹੀਂ ਜਾਣਦਾ ਜਾਂ ਰੋਜ਼ ਨਹੀਂ ਮਿਲਦਾ ਸਿਰਫ ਉਦੋਂ ਹੀ ਇਹਨੂੰ ਸੰਗਲੀ ਪਾਉਣੀ ਆ ਅਦਰਵਾਈਜ਼ 24/7 ਇਹਨੇ ਖੁੱਲ੍ਹਾ ਰਹਿਣਾ ਅੰਦਰ ਬਾਹਰ ਸਾਡੇ ਨਾਲ ਹੀ ਇਹਨੂੰ ਪਤਾ ਇਹਨੇ ਰਸੋਈ 'ਚ ਨਹੀਂ ਜਾਣਾ ਰਸੋਈ 'ਚ ਪੈਰ ਨਹੀਂ ਪਾਊਗਾ ਬਾਕੀ ਹਰੇਕ ਕਮਰੇ ਦੇ ਵਿੱਚ ਇਹਨੇ ਘੁੰਮਣਾ ਠੀਕ ਹੈ ਜੀ ਅਤੇ ਇਹਦੀ ਮਤਲਬ ਜਿੱਦਾਂ ਇਸ ਬਰੀਡ ਬਾਰੇ ਆਖੀਆਂ ਵੀ ਬਹੁਤ ਅਗਰੈਸਿਵਨੈਸ ਬਹੁਤ ਜ਼ਿਆਦਾ ਵਾ ਇਹਨੂੰ ਮੇਨਟੇਨ ਜਿੱਦਾਂ ਤੁਸੀਂ ਕੀਤਾ ਵਾ ਵੀ ਬਿਲਕੁਲ ਠੀਕ ਭਾਅ ਜੀ ਇਹਦਾ ਇੱਦਾਂ ਆ ਵੀ ਅਸੀਂ ਇਹਨੂੰ ਛੋਟੇ ਹੁੰਦੇ ਤੋਂ ਇਕੱਲਾ ਨਹੀਂ ਰਹਿਣ ਦਿੱਤਾ ਪਹਿਲੀ ਗੱਲ ਤਾਂ ਮੈਂ ਇਹਨੂੰ ਹੱਥਾਂ 'ਚ ਰੋਟੀ ਖਵਾਉਂਦਾ ਰਿਹਾ ਮੈਂ ਕੈਨੇਡਾ ਚਲਾ ਗਿਆ ਸੀਗਾ ਅਤੇ ਮੈਨੂੰ ਅਤੇ ਬਾਅਦ 'ਚੋਂ ਪਿੱਛੋਂ ਘਰਦਿਆਂ ਨੇ ਹੱਥਾਂ 'ਚ ਰੋਟੀ ਖਿਲਾਈ ਇਹਨੂੰ ਇਹਦੇ ਮੋਰੇ ਇੱਦਾਂ ਆ ਮੈਂ ਕੁਛ ਵੀ ਪਾਵਾਂ ਹੁਣ ਇਹਨੂੰ ਖਾਂਦੇ ਖਾਂਦੇ ਨੂੰ ਇਹਨੂੰ ਭਾਵੇਂ ਮੈਂ ਫੜ ਲਵਾਂ ਭਾਵੇਂ ਇਹਦੇ ਮੂੰਹ 'ਚ ਹੱਥ ਪਾ ਲਵਾਂ ਭਾਵੇਂ ਇਹਦੇ ਮੂਹਰੋਂ ਰੋਟੀ ਦਾ ਡੱਬਾ ਚੱਕ ਵੀ ਲਵਾਂ ਪਊਗਾ ਨਹੀਂ ਬਾਕੀ ਬਲੱਡ ਲਾਈਨ ਗਰਮ ਆ ਇਹਦੀ ਉਹ ਤਾਂ ਕੁਦਰਤੀ ਤੌਰ 'ਤੇ ਜੋ ਕੁਛ ਹੈਗਾ ਬਾਕੀ ਨੇਚਰ ਜਿਹੜਾ ਡੋਗ ਦਾ ਉਹ ਮਾਲਕ 'ਤੇ ਡਿਪੈਂਡ ਕਰਦਾ ਵੀ ਮਾਲਕ ਕੀ ਚਾਹੁੰਦਾ ਕਿਵੇਂ ਜੇ ਮੈਂ ਇਹਨੂੰ ਬੰਨ ਕੇ ਰੱਖਾਂ ਇਹਨੂੰ ਇਕੱਲਾ ਰੱਖਾਂ ਹਵੇਲੀ ਦੇ ਵਿੱਚ ਰੱਖਾਂ ਤਾਂ ਉਹ ਤਾਂ ਓਬਵੀਅਸ ਗੱਲ ਆ ਵੀ ਉਹਨੇ ਅਗਰੈਸਿਵ ਹੋਣਾ ਹੀ ਹੋਣਾ ਲੋੜ ਤੋਂ ਵੱਧ ਅਗਰੈਸਿਵ ਹੋ ਜਾਣਾ ਬਾਕੀ ਤਕੜੀ ਬਰੀਡ ਬਹੁਤ ਜ਼ਿਆਦਾ ਆ ਜਦੋਂ ਇਹ ਅਗਰੈਸਿਵ ਹੋ ਗਈ ਤਾਂ ਕਿਸੇ ਦੇ ਸਾਹਮਣੇ 'ਚ ਨਹੀਂ ਆਉਣਾ ਕੰਟਰੋਲ ਨਹੀਂ ਹੋਊਗਾ ਠੀਕ ਹੈ ਅਤੇ ਜਿੱਦਾਂ ਉੱਦਾਂ ਕਹਿ ਲਓ ਵੀ ਜਿੱਦਾਂ ਸਾਡਾ ਪਿੰਡ ਦਾ ਮਾਹੌਲ ਆ ਜੀ ਖੇਤਾਂ 'ਚ ਮੈਂ ਖੁੱਲ੍ਹਾ ਛੱਡ ਕੇ ਘੁੰਮਾਉਂਦਾ ਐਵੇਂ ਨਹੀਂ ਵੀ ਕੋਲੋਂ ਦੀ ਕੋਈ ਲੰਘਦਾ ਸਕੂਟਰ ਮੋਟਰਸਾਈਕਲ ਸਾਰਾ ਪਿੰਡ ਕੋਲ ਦੀ ਲੰਘਦਾ
ਇਦਾਂ ਦੀ ਸਾਨੂੰ ਟੈਨਸ਼ਨ ਨਹੀਂ ਹੁੰਦੀ ਵੀ ਇਹ ਖੁੱਲਾ ਆ ਉਹਦੇ ਕੋਲ ਆ ਤੇ ਉਹਨੂੰ ਪੈ ਜਾਊਗਾ ਜਾਂ ਵੱਢ ਲੂ ਇਦਾਂ ਦੀ ਸਾਨੂੰ ਕਦੀ ਕੋਈ ਟੈਨਸ਼ਨ ਨਹੀਂ ਠੀਕ ਆ ਜਿਵੇਂ ਜਿੱਦਾਂ ਮਤਲਬ ਇਹਨਾਂ ਦੀਆਂ ਰੋਡ ਵੀਲਰ ਬਰੀਡ ਦੀ ਵੀਡੀਓ ਵਗੈਰਾ ਜਿੱਦਾਂ ਗਲਤ ਮਤਲਬ ਹੁੰਦੀਆਂ ਜਾਂ ਲੋਕੀ ਦੱਸਦੇ ਇੱਕ ਦੂਜੇ ਨੂੰ ਵੀ ਇਹ ਮੇਨ ਜਿਹੜੀ ਆ ਇਹ ਉਹਨਾਂ ਦਾ ਕਰਕੇ ਹੁੰਦੀ ਹੈ ਮਤਲਬ ਇਹਦੀ ਦੇਖੋ ਭਾਜੀ ਬਰੀਡ ਬਿਲਕੁਲ ਗਲਤ ਨਹੀਂ ਹੈਗੀ ਮੈਂ ਤਾਂ ਇਹੀ ਕਹੂੰਗਾ ਬਹੁਤ ਹੱਦੋਂ ਵੱਧ ਲੋਇਲ ਬਰੀਡ ਆ ਵੀ ਜੇ ਤੁਸੀਂ ਕਹਿ ਦੋ ਵੀ ਡੋਗ ਜਿੰਨਾ ਲੋਇਲ ਹੋ ਸਕਦਾ ਨਾ ਉਨੀ ਲੋਇਲ ਬਰੀਡ ਆ ਇਹ ਬਾਕੀ ਕੁੱਤਾ ਤਾਂ ਜਿਹੜਾ ਵਿਗਾੜਨਾ ਨਾ ਜਾਂ ਜਾਨਵਰ ਕੋਈ ਵੀ ਵਿਗਾੜਨਾ ਉਹ ਮਾਲਕ ਚਾਹੇ ਪਵੇਰੀਅਨ ਨੂੰ ਵੀ ਵਿਗਾੜ ਲਵੇ ਤੇ ਜਿਹਨੇ ਸਾਂਭਣਾ ਉਹ ਚਾਹੇ ਰੋਡ ਵੇਲਰ ਨੂੰ ਵੀ ਸਾਂਭ ਲਵੇ ਹਨਾ ਜੀ ਸਹੀ ਗੱਲ ਆ ਸਰ ਤੁਸੀਂ ਮੇਲੇ 'ਚ ਘੁੰਮਦੇ ਹੋ ਦੇਖਿਆ ਕਿਸੇ ਨੂੰ ਪਿਆ ਨਹੀਂ 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 ਪਰ ਉੱਦਾਂ ਇਹ ਗੱਲ ਆ ਵੀ ਇਹਨੂੰ ਸਾਡੇ ਕੋਲੋਂ ਟ੍ਰੇਨਿੰਗ ਨਹੀਂ ਦੇ ਹੋਈ ਸਾਡੇ ਕੋਲ ਟਾਈਮ ਦੀ ਘਾਟ ਖੇਤੀਬਾੜੀ ਦਾ ਕੰਮ ਡੈਡੀ ਉਹਨਾਂ ਤੋਂ ਵੀ ਟਾਈਮ ਨਹੀਂ ਲੱਗਦਾ ਸੀਗਾ ਤੇ ਜਿੱਦਾਂ ਘਰੇ ਲੇਡੀਜ਼ ਹੀ ਜ਼ਿਆਦਾ ਇਹਨੂੰ ਸਾਂਭਦੀਆਂ ਸੀਗੀਆਂ ਉਹਦੇ ਕਰਕੇ ਸਾਨੂੰ ਇਹਨੂੰ ਟ੍ਰੇਨਿੰਗ ਨਹੀਂ ਦੇ ਹੋਈ ਪਰ ਫਿਰ ਵੀ ਗੋਡੇ ਨਾਲ ਫਾ ਤੇ ਸਾਡੇ ਕੰਟਰੋਲ 'ਚ ਆ ਠੀਕ ਹੈ ਉੱਦਾਂ ਡੋਗ ਤੁਹਾਡਾ ਹੈਵੀ ਵੀ ਬਹੁਤ ਹੈ ਤੇ ਇਹ ਸਟਾਰਟ ਸਰਵਿਸ ਲਈ ਓਪਨ ਹੈ ਬਈ ਹਾਂਜੀ ਭਾਜੀ ਠੀਕ ਹੈ ਅੱਗੇ ਰਿਜ਼ਲਟ ਆਏ ਇਸ ਦੇ ਕਰੀ ਰਿਜ਼ਲਟ ਭਾਜੀ ਸਿਰਫ ਇੱਕ ਵਾਰ ਕ੍ਰੋਸ ਕਰਾਇਆ ਸੀਗਾ ਤੇ ਉਹ ਵੀ ਮਤਲਬ ਇੱਦਾਂ ਹੀ ਕਰਾਇਆ ਸੀਗਾ ਵੀ ਬਾਬਿਆਂ ਦੇ ਕੋਲ ਗੁਰਦੁਆਰੇ ਦੇ ਵਿੱਚ ਕੁੱਤੀ ਸੀ ਉਹਨਾਂ ਦੇ ਕੋਲ ਰੋਟ ਵੇਲਾ ਤੇ ਅਸੀਂ ਉਹਨਾਂ ਦੇ ਕੋਲ ਹੀ ਕਰਾਇਆ ਉਹਨਾਂ ਦੇ ਕਰਾਇਆ ਸੀਗਾ ਉੱਦਾਂ ਸਿਰਫ ਇੱਕ ਵਾਰ ਕ੍ਰੋਸ ਕਰਾਇਆ ਹੋਇਆ ਤੇ ਕੀ ਰਿਜ਼ਲਟ ਕੀ ਆਇਆ ਵੀਰੇ ਰਿਜ਼ਲਟ ਭਾਜੀ ਇਹਦੇ ਬੱਚੇ ਤਾਂ ਵਧੀਆ ਆਏ ਸੀਗੇ 6 ਬੱਚੇ ਦਿੱਤੇ ਸੀਗੇ ਕੁੱਤੀ ਨੇ ਠੀਕ ਹੈ 4 ਕਤੂਰੇ ਸੀਗੇ ਤੇ 2 ਕਤੂਰੀਆਂ ਸੀਗੀਆਂ ਠੀਕ ਆਪਾਂ ਕੋਈ ਡਿਮਾਂਡ ਨਹੀਂ ਸੀ ਰੱਖੀ ਉਹਨਾਂ ਨੇ ਠੀਕ ਹੈ ਜੀ ਫ੍ਰੀ ਆਫ ਕੋਸਟ ਅਸੀਂ ਫ੍ਰੀ ਆਫ ਕੋਸਟ ਤੇ ਕੀਤਾ ਸੀਗਾ ਠੀਕ ਹੈ ਜੀ ਭਈ ਅਸੀਂ ਜਸਟ ਭਈ ਜੋ ਜਾਨਵਰ ਨੂੰ ਆਪਣਾ ਨੇਚਰ ਦਾ ਰੂਲ ਹੈਗਾ ਭਈ ਉਹ ਉਹਨੂੰ ਨਿਭਾ ਸਕੇ ਠੀਕ ਉਹਦੇ ਵਾਸਤੇ ਹਾਂਜੀ ਹਾਂਜੀ ਤੇ ਵੀਰੇ ਜਿਵੇਂ ਇਸ ਮਤਲਬ ਬਰੀਡ ਦੀ ਕਿਸੇ ਨੇ ਮਤਲਬ ਬਰੀਡਿੰਗ ਵਗੈਰਾ ਕਰਾਉਣੀ ਹੋਵੇ ਜਿਵੇਂ ਤੁਹਾਡਾ ਡੋਗ ਮਤਲਬ ਬਹੁਤ ਵਧੀਆ ਹੈ ਇਸ ਬਰੀਡ ਦੇ ਚੰਗੀ ਨਸਲ ਸੁਧਾਰ ਦੇ ਬੱਚੇ ਪ੍ਰਾਪਤ ਕਰਨ ਲਈ ਤੇ ਮਤਲਬ ਕਰ ਸਕਦਾ ਕੋਈ ਤੁਹਾਡੇ ਨਾਲ ਕੰਟੈਕਟ ਵਗੈਰਾ ਹਾਂਜੀ ਹਾਂਜੀ ਭਾਜੀ ਜਦੋਂ ਮਰਜ਼ੀ ਤੇ ਮਰਜ਼ੀ ਕਰ ਸਕਦੇ ਹੋ ਤੇ ਫੀਸ ਵਗੈਰਾ ਕੀ ਰੱਖੀ ਵੀਰੇ ਦੀ ਫੀਸ ਵਗੈਰਾ ਭਾਜੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮੈਂ ਬਰੀਡਿੰਗ ਵਾਸਤੇ ਕੁੱਤਾ ਨਹੀਂ ਰੱਖਿਆ ਸੀ ਮੈਂ ਸਿਰਫ ਸ਼ੌਂਕੀਆ ਤੌਰ 'ਤੇ ਰੱਖਿਆ ਸੀਗਾ ਠੀਕ ਹੈ ਤੇ ਆਪਣਾ ਕੋਈ ਇੱਦਾਂ ਦਾ ਮੇਨ ਆਈਡੀਆ ਹੈ ਨਹੀਂ ਬਾਕੀ ਜਦੋਂ ਕੋਈ ਬੰਦਾ ਕੰਟੈਕਟ ਕਰੂਗਾ ਉਹਦੇ ਹਿਸਾਬ ਨਾਲ ਆਉਣ ਦਾ ਸਪੋਰਟ ਜਿੱਦਾਂ ਵੀ ਹੋਊਗਾ ਜਾਂ ਜੋ ਵੀ ਮਾਰਕੀਟ ਰੇਟ ਚੱਲਦਾ ਆ ਆਪਾਂ ਨੂੰ ਪੈਸੇ ਦਾ ਕੋਈ ਲਾਲਚ ਨਹੀਂ ਸਾਨੂੰ ਸਿਰਫ ਇਹ ਹੁੰਦਾ ਵੀ ਬਰੀਡ ਵਧੀਆ ਬਣੇ ਠੀਕ ਹੈ ਅੱਗੇ ਜਿਹੜੀ ਬੰਦਾ ਕੁੱਤੀ ਲੈ ਕੇ ਆਵੇ ਨਾ ਉਹਦੀ ਬਰੀਡ ਖਰੀ ਹੋਵੇ ਹਾਂ ਟੋਪ ਬਰੀਡ ਸਾਡਾ ਵੀ ਦਿਲ ਖੁਸ਼ ਹੁੰਦਾ ਨਾ ਵੀ ਹਾਂ ਇਹਦੇ ਬੱਚੇ ਆਉਣਗੇ ਸਾਡੀ ਬਲੱਡ ਲਾਈਨ ਖਰੀ ਆ ਤੇ ਜਿਹਦਾ ਰਿਜ਼ਲਟ ਵਧੀਆ ਮਿਲੇਗਾ ਠੀਕ ਹੈ ਬਾਕੀ ਇੰਨਾ ਆ ਬਾਕੀ ਜਾਨਵਰ ਤੇ ਡਿਪੈਂਡ ਕਰਦਾ ਬਾਕੀ ਇਹਦਾ ਇਹ ਆ ਵੀ ਜਿਹੜੇ ਇਹਦੇ ਬੱਚੇ ਸੀਗੇ 6 ਬੱਚੇ ਹੋਏ ਸੀਗੇ ਤੇ ਬੱਚੇ ਮੈਕਸਿਮਮ ਆਪਣੇ ਪਿਓ ਤੇ ਹੀ ਗਏ ਸੀ ਉਹਨਾਂ ਦਾ ਹੈੱਡ ਵਗੈਰਾ ਜਾਂ ਪੰਜੇ ਵਗੈਰਾ ਜਾਂ ਜੋ ਬੋਡੀ ਸਟਰਕਚਰ ਸੀਗਾ ਉਹ ਇਹਦੇ ਤੇ ਰਿਲੇਟ ਕੀਤਾ ਸੀ ਠੀਕ ਹੈ ਤੇ ਇਹ ਤੁਹਾਡਾ ਡੋਗ ਵੀ ਬਹੁਤ ਹੈਵੀ ਬੋਨ ਆ ਤੇ ਮਤਲਬ ਜਿਵੇਂ ਕਿਸੇ ਨੇ ਤੁਹਾਡੇ ਕੋਲ ਮਤਲਬ ਬਰੀਡਿੰਗ ਵਗੈਰਾ ਵਾਲੇ ਕੰਟੈਕਟ ਕਰਨਾ ਹੋਵੇ ਤੇ ਆਪਣਾ ਮੋਬਾਈਲ ਨੰਬਰ ਵਗੈਰਾ ਹਾਂਜੀ ਭਾਅ ਜੀ ਮੇਰਾ ਮੋਬਾਈਲ ਨੰਬਰ ਹੈਗਾ ਜੀ 82 64 95 15 80 ਬਲਜੀਤ ਸਿੰਘ ਨਾਮ ਆ ਮੇਰਾ ਜੀ ਹਰਿਆਣਾ ਭੂੰਗਾ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਕੋਲ ਸਾਡਾ ਪਿੰਡ ਪੈਂਦਾ ਨੰਗਲ ਕਾਨੂਗੋ ਅਤੇ ਜੇ ਕਿਸੇ ਨੇ ਕੰਟੈਕਟ ਕਰਨਾ ਹੋਵੇ ਤਾਂ ਕਰ ਸਕਦੇ ਠੀਕ ਹੈ ਜੀ ਥੈਂਕ ਯੂ ਓਕੇ ਬਾਹਰ ਤੋਂ ਕੰਮ ਕਰ ਰਿਹਾ ਮੇਰੇ ਮੁੰਡੇ ਨੇ।